ਫਾਜ਼ਿਲਕਾ ਵਿੱਚ ਇੱਕ ਵਿਅਕਤੀ ਨੇ ਕੈਂਚੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਘਟਨਾ ਜਲਾਲਾਬਾਦ ਦੇ ਰਾਜਪੂਤ ਮੁਹੱਲੇ 'ਚ ਵਾਪਰੀ ਹੈ। ਮੁਲਜ਼ਮ ਪਹਿਲੀ ਪਤਨੀ ਦੇ ਕਤਲ ਇਲਜ਼ਾਮ ਵਿੱਚ ਕਰੀਬ 10 ਸਾਲ ਜੇਲ੍ਹ ਕੱਟ ਕੇ ਆਇਆ ਸੀ। ਹੁਣ ਉਸਨੇ ਆਪਣੀ ਦੂਜੀ ਪਤਨੀ ਦਾ ਵੀ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 50 ਸਾਲਾ ਪ੍ਰਕਾਸ਼ ਕੌਰ ਵਜੋਂ ਹੋਈ ਹੈ। ਇਹ ਪ੍ਰਕਾਸ਼ ਕੌਰ ਨਾਂ ਦੀ ਲੇਡੀ ਹੈ, ਇਹਨੂੰ ਗੋਗੀ ਬਾਬਾ ਵੀ ਕਹਿੰਦੇ ਨੇ, ਪੁੱਛਾ ਵਗੈਰਾ ਦਿੰਦੀ ਹੈ ਇਹ। ਅਤੇ ਕੁਛ ਦੇਰ ਪਹਿਲਾਂ ਦੱਸਦੇ ਨੇ ਵੀ ਇਹਦਾ ਕਿਸੇ ਰਮਨ ਵਰਮਾ ਨਾਲ ਇਹਦਾ ਕੋਈ ਲਿੰਕ ਹੋ ਗਿਆ ਸੀ, ਵੀ ਇਹ ਵੀ ਪਤਾ ਲੱਗਿਆ ਵੀ ਇਹਨਾਂ ਨੇ ਵਿਆਹ ਕਰਵਾ ਲਿਆ ਸੀਗਾ। ਉਸ ਦੇ ਤਹਿਤ ਕੋਈ ਝਗੜਾ ਹੋਇਆ ਇਹਨਾਂ ਦਾ, ਦੋਨਾਂ ਦਾ ਆਪਸ 'ਚ, ਉਹਨੇ ਕੈਂਚੀਆਂ ਨਾਲ ਇਹਦਾ ਮਰਡਰ ਕਰ ਦਿੱਤਾ ਹੈ। ਇਹ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਮੌਕੇ 'ਤੇ ਪੁੱਜੇ ਅਤੇ ਮੌਕੇ 'ਤੇ ਅਸੀਂ ਸਾਰਾ ਕੁਛ ਹਾਲਾਤ ਦੇਖੇ ਅਤੇ ਲੇਡੀ ਨੂੰ ਫਰੀਦਕੋਟ ਹੋਸਪਿਟਲ 'ਚ ਲੈ ਗਏ ਸੀਗੇ ਅਤੇ ਉੱਥੇ ਉਹ ਟ੍ਰੀਟਮੈਂਟ ਦੇ ਦੌਰਾਨ ਉਹਦੀ ਮੌਤ ਹੋ ਗਈ ਹੈ ਜੀ। ਇਹ ਸਰ ਪਤਾ ਲੱਗਿਆ ਕੀ ਕਾਰਨ ਸੀਗਾ ਮਰਡਰ ਦਾ ਜਾਂ ਲੜਾਈ ਝਗੜੇ ਦਾ ਜੀ? ਮਰਡਰ ਦਾ ਕਾਰਨ ਹਜੇ ਪੂਰਾ ਕਲੀਅਰ ਨਹੀਂ ਹੋਇਆ ਕਿਉਂਕਿ ਸਟੇਟਮੈਂਟ ਹਜੇ ਰਿਕਾਰਡ ਹੋਣੀ ਹੈ ਅਤੇ ਸਾਡਾ IO ਜਿਹੜੇ ਇੰਸਪੈਕਟਰ ਸਾਹਿਬ ਨੇ ਸਾਡੇ ਆਪਣਾ ਅੰਗਰੇਜ਼ ਕੁਮਾਰ ਜੀ, ਉਹ ਗਏ ਨੇ ਮੌਕੇ 'ਤੇ ਬਿਆਨ ਲੈਣ। ਜਿਸ ਤਰ੍ਹਾਂ ਦੀ ਸਟੇਟਮੈਂਟ ਹੋਏਗੀ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ। ਸਰ ਜਿਹੜੇ ਬੰਦੇ ਨੇ ਮਰਡਰ ਕੀਤਾ ਹੈ, ਇਹ ਪਤਾ ਲੱਗਿਆ ਜੀ ਪਹਿਲਾਂ ਵੀ ਇਹਨੇ ਕੋਈ ਮਰਡਰ ਕੀਤਾ ਸੀ, ਜੇਲ੍ਹ ਜੂਲ ਕੱਟ ਕੇ ਆਇਆ? ਹਾਂ, ਇਹ ਪਹਿਲਾਂ ਸ਼ਾਦੀਸ਼ੁਦਾ ਸੀ, ਇਹਨੇ ਆਪਣੀ ਵਾਈਫ ਦਾ ਮਰਡਰ ਕਰਤਾ ਸੀ। ਇਹ 10 ਸਾਲ ਦੀ ਸਜ਼ਾ ਕੱਟ ਕੇ ਆਇਆ ਇਹ ਅਤੇ ਇਹਨੇ ਫਿਰ ਇਹ ਦੁਬਾਰਾ ਇਹ ਮਰਡਰ ਕਰ ਦਿੱਤਾ ਹੈ ਅਤੇ ਹੁਣ ਇਨਵੈਸਟੀਗੇਸ਼ਨ ਕਰਾਂਗੇ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਸਾਨੂੰ ਸਟੇਟਮੈਂਟ ਹਾਸਲ ਹੋਏਗੀ।